ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਅਥਾਰਟੀ ਨਾਲ 25 ਅਪ੍ਰੈਲ ਨੂੰ ਮੀਟਿੰਗ ਪੱਕੀ ਕਰਾਈ ਗਈ। ਇੱਥੇ ਜ਼ਿਕਰ ਖਾਸ ਹੈ ਕਿ ਇਸ ਮੌਕੇ ਤੇ ਫੀਸਾਂ ਦੇ ਵਾਅਦੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਬੀਤੇ ਲਗਭਗ 20 ਦਿਨਾਂ ਤੋਂ 1100% ਤੱਕ ਵਧਾਈ ਗਈ ਫੀਸ ਹਾਈਕ ਨੂੰ ਰੋਲ ਬੈਂਕ ਕਰਨ ਦੇ ਮੁੱਦੇ ਤੇ ਕਈ ਵਿਦਿਆਰਥੀ ਪਾਰਟੀਆਂ ਧਰਨੇ ਤੇ ਬੈਠੀਆਂ ਨੇ। ਯੂਨੀਵਰਸਿਟੀ ਦੇ ਵਿੱਚ ਜਿਹੜਾ ਫੀਸਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਮੈਂ ਸਟੂਡੈਂਟਸ ਨੂੰ ਵੀ ਮਿਲਿਆ, ਅਥਾਰਟੀ ਨੂੰ ਵੀ ਮਿਲਿਆ ਅਤੇ ਅਸੀਂ ਮੰਗਲਵਾਰ ਨੂੰ 6 ਵਜੇ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੀ ਆਲਾ ਅਫਸਰਾਂ ਦੀ, ਜਿਹਦੇ ਵਿੱਚ ਸਾਡੇ ਮਾਨਯੋਗ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਵੀ ਹੋਣਗੇ, ਉਹ ਮੀਟਿੰਗ ਫਿਕਸ ਕਰ ਲਈ ਹੈ। ਉੱਥੇ ਬੈਠ ਕੇ ਇਸ ਮਸਲੇ ਨੂੰ ਰਿਜ਼ੋਲਵ ਕਰਾਂਗੇ। ਜੋ ਪੰਜਾਬ ਸਰਕਾਰ ਵੱਲੋਂ ਇਸ ਦੇ ਵਿੱਚ ਬਣੇਗਾ, ਪੰਜਾਬ ਸਰਕਾਰ ਕਮਿਟਡ ਹੈ ਯੂਥ ਦਾ, ਸਟੂਡੈਂਟਸ ਦਾ ਹਰ ਮਸਲਾ ਜਿਹੜਾ ਅਸੀਂ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਐਡਰੈਸ ਹੋਣ ਵਾਲਾ ਉਹ ਹੋਏਗਾ।